ਹਲਕਾ ਪੱਛਮੀ ਦੇ ਵਾਰਡ ਨੰਬਰ 63 ਅਤੇ 65 ਦੇ ਵਿੱਚ ਸਰਕਾਰ ਤੁਹਾਡੇ ਦੁਆਰ ਮੁਹਿੰਮ ਤਹਿਤ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਉਚੇਚੇ ਤੌਰ ਤੇ ਜ਼ਿਲ੍ਹਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ ਅਤੇ ਵਿਧਾਇਕ ਗੁਰਪ੍ਰੀਤ ਗੋਗੀ ਪਹੁੰਚੇ, ਜਿੱਥੇ ਉਹਨਾਂ ਲੋਕਾਂ ਨੂੰ ਰਾਹਤ ਪਹੁੰਚਾਉਣ ਦੀ ਗੱਲ ਆਖੀ ਅਤੇ ਕਿਹਾ ਇਸ ਕੈਂਪ ਦੇ ਜ਼ਰੀਏ ਲੋਕ ਆਪਣੇ ਕੰਮ ਕਰਵਾ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਮਨਪ੍ਰੀਤ ਮਨੀ ਸਿੰਘ, ਪ੍ਰਧਾਨ ਆਮ ਆਦਮੀ ਪਾਰਟੀ ਵਾਰਡ ਨੰਬਰ 65 ਤੋਂ। ਜਿਸ ਤਰ੍ਹਾਂ ਕਿ ਸਾਡੇ ਸਤਿਕਾਰਯੋਗ ਜ਼ਿਲ੍ਹਾ ਪ੍ਰਧਾਨ ਮੱਕੜ ਸਾਹਿਬ ਨੇ ਤੁਹਾਨੂੰ ਸਾਰੀਆਂ ਸੁੱਖ ਸੁਵਿਧਾਵਾਂ ਬਾਰੇ ਦੱਸਿਆ, ਆਪਕੀ ਸਰਕਾਰ ਆਪਕੇ ਦੁਆਰ ਜਿਹੜੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜੀ ਇਹ ਮੁਹਿੰਮ ਚਲਾਈ ਗਈ ਆ, ਉਹ ਮੁਹਿੰਮ ਲੜੀ ਵਾਇਆ ਚੱਲਦੇ ਚੱਲਦੇ ਅੱਜ ਸਾਡੇ ਵਾਰਡ ਨੰਬਰ 63 ਹੋਰ 65 ਦਾ ਜਿਹੜਾ ਕੈਂਪ ਔਰਗਨਾਈਜ਼ ਕੀਤਾ ਗਿਆ। ਸਵੇਰ ਤੋਂ ਇੱਥੇ ਭਰਮਾ ਇਕੱਠ ਦੇਖਣ ਨੂੰ ਮਿਲ ਰਿਹਾ। ਜੋ ਛੋਟੀਆਂ ਮੋਟੀਆਂ ਸਮੱਸਿਆਵਾਂ, ਰੂਟੀਨ ਸਮੱਸਿਆਵਾਂ ਨੇ, ਉਹ ਸਾਰੀਆਂ ਦਾ ਮੌਕੇ 'ਤੇ ਹੱਲ ਕੀਤਾ ਜਾ ਰਿਹਾ। ਸਭ ਤੋਂ ਜ਼ਿਆਦਾ ਜਿਹੜਾ ਇੱਥੇ ਰਸ਼ ਇਸ ਟਾਈਮ ਪਿਆ ਹੋਇਆ, ਜਿਹੜੇ ਪਿਛਲੇ ਦਿਨੀ ਰਾਸ਼ਨ ਕਾਰਡ ਕੱਟੇ ਗਏ ਸੀਗੇ, ਉਹ ਰਾਸ਼ਨ ਕਾਰਡ ਆ ਜਿਹੜੇ ਦੁਬਾਰਾ ਚਾਲੂ ਕੀਤੇ ਜਾ ਰਹੇ ਨੇ। ਉਸ ਤੋਂ ਬਾਅਦ ਜਿਹੜੀ ਘਰ ਘਰ ਰਾਸ਼ਨ ਮੁਹਿੰਮ ਖੰਨੇ ਤੋਂ ਚਾਲੂ ਕੀਤੀ ਗਈ ਆ, ਜਦੋਂ ਇਹ ਰਾਸ਼ਨ ਕਾਰਡ ਚਾਲੂ ਹੁੰਦੇ ਆ ਤਾਂ ਡੋਰ ਟੂ ਡੋਰ ਡਿਲੀਵਰੀ ਆ ਜਿਹੜੀ ਉਹ ਵੀ ਕਰਵਾਈ ਜਾਊਗੀ ਜੀ। ਅਸੀਂ ਸਤਿਕਾਰਯੋਗ ਭਗਵੰਤ ਮਾਨ ਸਾਹਿਬ ਦਾ, ਸਾਡੇ ਜ਼ਿਲ੍ਹਾ ਪ੍ਰਧਾਨ ਜੀ ਦਾ, ਸਤਿਕਾਰਯੋਗ MLA ਸਾਹਿਬ ਦਾ ਧੰਨਵਾਦ ਕਰਦੇ ਹਾਂ, ਜਿਹੜੇ ਇੰਨਾ ਕੋਆਪਰੇਟ ਕਰਕੇ ਸਾਡੇ ਜਿਹੜੇ ਇੱਥੇ ਨਿੱਕੇ ਮੋਟੇ ਕੰਮ ਨੇ ਵਾਰਡ ਦੇ, ਉਹ ਪਹਿਲ ਦੇ ਆਧਾਰ ਤੇ ਕਰਵਾ ਰਹੇ ਨੇ। ਕਾਰਡ ਜਿਹੜੇ ਕੱਟੇ ਗਏ ਨੇ ਜੀ, ਸਾਡੇ ਕੋਲ ਕੁਛ ਫਾਰਮੇਸੀ ਪਹਿਲਾਂ ਭਰੇ ਹੋਏ ਸੀਗੇ, ਕੁਛ ਹੁਣ ਜਿਹੜੇ ਅਦਰ ਨੇ ਉਹ ਆਨਲਾਈਨ ਪ੍ਰੋਸੈਸ ਚੱਲ ਰਿਹਾ। ਫੂਡ ਸਪਲਾਈ ਦੀਆਂ ਟੀਮਾਂ ਬੈਠੀਆਂ ਨੇ, ਇੰਸਪੈਕਟਰ ਸਾਹਿਬਾਨ ਬੈਠੇ ਨੇ, DFSO ਬੈਠੇ ਨੇ, ਉਹ ਮੌਕੇ ਦੇ ਉੱਤੇ ਸਾਰਾ ਹੱਲ ਕਰਕੇ ਉਹ ਕਾਰਡ ਜਿਹੜੇ ਰੀਓਪਨ ਕੀਤੇ ਜਾ ਰਹੇ ਨੇ। ਤਕਰੀਬਨ ਪੰਜਾਬ ਦੇ ਵਿੱਚ 10,75,000 ਦੇ ਕਰੀਬ ਜਿਹੜੇ ਰਾਸ਼ਨ ਕਾਰਡ ਕੱਟੇ ਗਏ ਸੀਗੇ, ਉਹ ਅਗਲੇ ਕੁਛ ਹੀ ਦਿਨਾਂ ਦੇ ਵਿੱਚ ਚਾਲੂ ਹੋਣਗੇ। ਉਮੀਦ ਕਰਦੇ ਹਾਂ ਵੀ ਕੋਰਟ ਲੱਗਣ ਤੋਂ ਪਹਿਲਾਂ ਪਹਿਲਾਂ ਰਾਸ਼ਨ ਕਾਰਡ ਚਾਲੂ ਕਰਕੇ ਜਿਹੜਾ ਲੋਕਾਂ ਦਾ ਬਣਦਾ ਰਾਸ਼ਨ ਆ ਘਰ ਘਰ ਪਹੁੰਚਾਇਆ ਜਾਊਗਾ। ਇਹੀ ਸਾਡੀ ਉਮੀਦ ਹੈ, ਇਸੇ ਲੜੀ ਤਹਿਤ ਸਾਡੀ ਟੀਮ ਲੱਗੀ ਹੋਈ ਆ। ਸਤਿਕਾਰਯੋਗ ਸਾਡੇ ਪ੍ਰਧਾਨ ਸਾਹਿਬ ਦਿਨ ਰਾਤ ਆਲ ਓਵਰ ਲੁਧਿਆਣੇ ਦੇ ਵਿੱਚ, ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਵਾਰਡਾਂ ਦੇ ਵਿੱਚ ਕੈਂਪ ਔਰਗਨਾਈਜ਼ ਕਰਾ ਰਹੇ ਨੇ ਅਤੇ ਡੇ ਨਾਈਟ ਆਪਣੀ ਡਿਊਟੀ ਨਿਭਾ ਰਹੇ ਨੇ। ਅਸੀਂ ਇਹਨਾਂ ਦਾ ਵੀ ਦਿਲੋਂ ਧੰਨਵਾਦ ਕਰਦੇ ਹਾਂ, ਸਤਿਕਾਰਯੋਗ MLA ਸਾਹਿਬ ਦਾ ਵੀ ਦਿਲੋਂ ਧੰਨਵਾਦ ਕਰਦੇ ਹਾਂ। 44 ਪ੍ਰਕਾਰ ਦੀਆਂ ਸੇਵਾਵਾਂ ਨੇ ਜੀ, ਇਹਦੇ ਵਿੱਚ ਬਿਜਲੀ ਮਹਿਕਮਾ ਵਾ, MCL ਆ, ਕਾਰਪੋਰੇਸ਼ਨ ਆ, DFSO ਆ, ਪਟਵਾਰੀ ਨੇ, ਰੈਵਨਿਊ ਨੇ, ਅਦਰ ਜਿਹੜੀਆਂ ਵੀ ਹੈਗੀਆਂ ਨੇ, ਸੇਵਾ ਕੇਂਦਰ ਵਾਲੇ ਨੇ, ਵੈਲਫੇਅਰ ਵਾਲੇ ਨੇ, ਸਿਵਲ ਵਾਲੇ ਨੇ, ਇੱਕੋ ਛੱਤ ਥੱਲੇ ਸਾਰਾ ਇਹਨਾਂ ਨੇ ਇਕੱਠ ਕੀਤਾ ਹੋਇਆ ਜੀ। ਉਹ ਸਾਰੇ ਕੰਮ ਇੱਕ ਛੱਤ ਥੱਲੇ ਹੋ ਗਏ। ਜਿਹੜੀਆਂ ਰਜਿਸਟਰੀਆਂ ਦੀ ਦਿੱਕਤ ਆ, ਸਾਡੇ ਸਤਿਕਾਰਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਅਨਾਊਂਸਮੈਂਟ ਕਰ ਦਿੱਤੀ ਗਈ ਹੈ, NOCਆਂ ਬੰਦ ਹੋ ਗਈਆਂ ਨੇ। ਨੋਟੀਫਿਕੇਸ਼ਨ ਅਗਲੇ ਕੁਛ ਹੀ ਦਿਨਾਂ ਦੇ ਵਿੱਚ ਜਾਰੀ ਹੋ ਜਾਊਗਾ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ, ਕਿਸਾਨੀ ਅੰਦੋਲਨ ਚੱਲ ਰਹੇ ਨੇ, ਇਸ ਤੋਂ ਇਲਾਵਾ ਅਦਰ ਜਿਹੜੀਆਂ ਇਲੈਕਸ਼ਨ ਆ ਰਹੀਆਂ ਨੇ, ਕੁਛ ਉਹਨਾਂ ਦੀਆਂ ਮੀਟਿੰਗਾਂ ਦੇ ਜਿਵੇਂ ਹੋਣ ਕਰਕੇ ਨੋਟੀਫਿਕੇਸ਼ਨ ਪੈਂਡਿੰਗ ਆ। ਉਮੀਦ ਕਰਦੇ ਹਾਂ ਵੀ ਕੋਰਟ ਤੋਂ ਪਹਿਲਾਂ ਨੋਟੀਫਿਕੇਸ਼ਨ ਵੀ ਜਾਰੀ ਹੋ ਕੇ ਰਜਿਸਟਰੀਆਂ ਰੈਗੂਲਰ ਚਾਲੂ ਹੋ ਜਾਣਗੀਆਂ। ਮੇਰਾ ਨਾਮ ਰਾਜੂ ਕਨੌਜੀਆ ਜੀ, ਮੈਂ ਇੰਚਾਰਜ ਵਾਰਡ ਨੰਬਰ 65 ਦਾ। ਅੱਜ ਜਿਹੜਾ ਇਹ ਭਗਵੰਤ ਮਾਨ ਸਰਕਾਰ ਆਪਕੇ ਦੁਆਰ ਦਾ ਜਿਹੜਾ ਨਾਰਾ ਸੀਗਾ, ਉਹਦੇ ਮੁਤਲਕ ਅੱਜ ਕੈਂਪ ਲਗਾਇਆ ਗਿਆ ਹੈ ਗੁਰਦੁਆਰਾ ਸਾਧ ਸੰਗਤ ਦੇ ਲੰਗਰ ਹਾਲ ਦੇ ਵਿੱਚ। ਅੱਜ ਸਾਰੇ ਜਿੰਨੇ ਵੀ ਡਿਪਾਰਟਮੈਂਟ ਆ ਉਹ ਸਾਰੇ ਇੱਕੋ ਛੱਤ ਦੇ ਥੱਲੇ ਅੱਜ ਆਏ ਆ। ਤੁਹਾਨੂੰ ਬਾਕੀ ਸਾਰਾ ਦੱਸਿਆ ਸਾਡੇ ਇਹ ਮੱਕੜ ਸਾਹਿਬ ਨੇ, ਦੱਸਿਆ ਸਾਡੇ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਮੱਕੜ ਸਾਹਿਬ ਨੇ ਦੱਸਿਆ। ਅਤੇ ਇਹ ਜਿਹੜਾ ਕੈਂਪ ਹੈਗਾ ਸਾਡੇ MLA ਇਲਾਕਾ ਵੈਸਟ ਦੇ ਸ਼੍ਰੀ ਗੁਰਪ੍ਰੀਤ ਗੋਗੀ ਜੀ ਅਤੇ ਜ਼ਿਲ੍ਹਾ ਪ੍ਰਧਾਨ ਸਾਡੇ ਸ਼ਰਨਪਾਲ ਮੱਕੜ ਜੀ ਦੇ ਅਗਵਾਈ ਦੇ ਵਿੱਚ ਲਗਾਇਆ ਜਾ ਰਿਹਾ ਹੈ। ਗੋਗੀ ਜੀ ਹੁਣੇ ਆਏ ਸੀਗੇ, ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦੇ ਕੇ ਗਏ ਆ ਵੀ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਪਰੇਸ਼ਾਨੀ ਨਾ ਆਵੇ। ਮੈਂ ਉਹਨਾਂ ਦਾ ਵੀ ਤਹਿ ਦਿਲੋਂ ਕੁਛ ਸ਼ੁਕਰਗੁਜ਼ਾਰ ਕਰਦਾ, ਮੱਕੜ ਸਾਹਿਬ ਦਾ ਕਰਦਾ ਅਤੇ ਹੋਰ ਜਿਹੜੀ ਵਾਰਡ ਨੰਬਰ 63 ਅਤੇ 65 ਦੀ ਆ, ਸਾਡੇ ਵਾਰਡ ਨੰਬਰ 63 ਤੋਂ ਮੇਰੇ ਛੋਟੇ ਭਰਾ ਸੋਨੂੰ ਕਲਿਆਣ ਜੀ ਆ, ਮਨੀ ਜੀ ਆ, ਬੀਬੀ ਬਲਜਿੰਦਰ ਕੌਰ ਜੀ ਆ, ਅਨੁਜ ਬਿਰਲਾ ਜੀ ਆ, ਸਾਰੇ ਅੱਜ ਸਵੇਰ ਤੋਂ ਇਹ ਕੈਂਪ ਨੂੰ ਕਾਮਯਾਬ ਬਣਾਉਣ ਲਈ ਸਵੇਰ ਤੋਂ ਲੱਗੇ ਹੋਏ ਨੇ। ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ, ਆਮ ਆਦਮੀ ਪਾਰਟੀ ਦੀ ਟੀਮ ਦਾ ਧੰਨਵਾਦ ਕਰਦਾ, ਸਰਕਾਰੀ ਜਿਹੜੇ ਵੀ ਅਫਸਰ ਸਾਹਿਬਾਨ ਆਉਂਦੇ ਆਏ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ। ਜੈ ਹਿੰਦ, ਜੈ ਭਾਰਤ। ਸਾਡੇ ਇੱਥੇ ਹਲਕਾ ਵੈਸਟ ਦੇ ਵਿੱਚ ਵਾਰਡ ਨੰਬਰ 63 ਅਤੇ 65 ਦੇ ਵਿੱਚ ਇਹ ਕੈਂਪ ਲਗਾਇਆ ਗਿਆ, ਜਿਹਦੇ ਵਿੱਚ ਆਪਾਂ ਕਹਿੰਦੇ ਹਾਂ ਸਰਕਾਰ ਤੁਹਾਡੇ ਦੁਆਰ। ਇੱਥੇ ਲੋਕ ਆਪਣੀਆਂ ਛੋਟੀਆਂ ਸਮੱਸਿਆ, ਛੋਟੀ ਤੋਂ ਲੈ ਕੇ ਵੱਡੀ ਸਮੱਸਿਆ ਲੈ ਕੇ ਆ ਰਹੇ ਨੇ, ਔਰ ਇਹਨਾਂ ਦੀਆਂ ਇੱਕ ਇੱਕ ਸਮੱਸਿਆ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਬੈਠੇ ਨੇ, ਉਹ ਇਹਨਾਂ ਦਾ ਮੌਕੇ 'ਤੇ ਹੱਲ ਕੀਤਾ ਜਾ ਰਿਹਾ।
ਔਰ ਜਿੰਨਾ ਸਮੱਸਿਆਵਾਂ ਥੋੜ੍ਹੀ ਕੋਈ ਪੇਚੀਦਾ ਨੇ ਕੋਈ ਮੁਸ਼ਕਲ ਨੇ ਜਿੰਨਾ 'ਚ ਕੋਈ ਕੰਮ ਲੰਬਾ ਹੋਣ ਵਾਲਾ ਉਹਦੇ 'ਚ ਸਾਡੀ ਬਾਹਰ ਹੈਲਪ ਡੈਸਕ ਲੱਗੀ ਹੋਈ ਆ ਉੱਥੇ ਸਾਡੇ ਪਾਰਟੀ ਵਲੰਟੀਅਰ ਇੱਥੋਂ ਟ੍ਰੇਨਰ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਬੈਠੇ ਨੇ ਉਹਨਾਂ ਦੀ ਸਮੱਸਿਆਵਾਂ ਉੱਥੇ ਨੋਟ ਕੀਤਾ ਜਾਂਦਾ ਕਿਹੜੇ ਕਿਹੜੇ ਡਿਪਾਰਟਮੈਂਟ ਆਏ ਹੋਏ ਆ ਇੱਥੇ ਸਾਰੇ ਡਿਪਾਰਟਮੈਂਟ ਨੇ ਜੀ ਸੁਵਿਧਾ ਸੈਂਟਰ ਵਾਲੇ ਹੋ ਗਏ ਹੈਲਥ ਵਾਲੇ ਹੋ ਗਏ ਇਸ ਤੋਂ ਇਲਾਵਾ ਸਾਡੇ ਪਟਵਾਰੀ ਕਾਨਗੋ ਹੋ ਗਏ ਪੁਲਿਸ ਸਹਿਤ ਵਾਲੇ ਬੈਠੇ ਨੇ ਇੱਥੇ ਔਰ ਪਾਸਪੋਰਟ ਸਾਨੂੰ ਲੈ ਕੇ ਜੋ ਵੀ ਹੈਗੀਆਂ ਮੁਸ਼ਕਲ ਫੂਡ ਐਂਡ ਸਪਲਾਈ ਵਾਲੇ ਹੋ ਗਏ ਜੋ ਵੀ ਲੋਕਾਂ ਦੇ ਸਾਡੇ ਨਿੱਕੇ ਛੋਟੇ ਮੋਟੇ ਕੰਮ ਹੈਗੇ ਨੇ ਜੋ 43 ਸੇਵਾਵਾਂ ਅਸੀਂ ਜੋ ਮਾਨ ਸਰਕਾਰ ਜੀ ਨੇ ਆਪਣੀਆਂ ਪਿੱਛੇ ਖੰਨੇ ਰੈਲੀ ਦੌਰਾਨ ਸ਼ੁਰੂ ਕੀਤੀਆਂ ਸੀਗੀਆਂ ਘਰ ਘਰ ਰਾਸ਼ਨ ਵਾਲੀ ਸੀਗੀ ਉਹਦੇ ਵਿੱਚ ਕੋਈ ਕਿਸਮ ਦੀ ਸਮੱਸਿਆ ਹੈਗੀ ਆ ਉਹ ਜੋ ਅਸੀਂ ਬਾਕੀ 1000 ਖੇਤਰ ਦੇ ਨਾਲ ਸੰਬੰਧਿਤ ਜਿੰਨੇ ਵੀ ਸਮੱਸਿਆ ਹੈਗੀਆਂ ਨੇ ਉਹ ਅਸੀਂ ਸਾਰੀਆਂ ਇੱਥੇ ਹੱਲ ਕਰ ਰਹੇ ਹਾਂ ਟੋਟਲ ਕਿੰਨੇ ਕੁ ਬੰਦੇ ਆ ਚੁੱਕੇ ਹਜੇ ਤੱਕ ਲਗਭਗ 200 ਦੇ ਕਰੀਬ ਇੱਥੇ ਬੰਦੇ ਆ ਚੁੱਕੇ ਨੇ ਬਾਕੀ ਬੰਦੇ ਦਾ ਤਾਂਤਾ ਲੱਗਿਆ ਹੋਇਆ ਲੋਕ ਆਈ ਰਹੇ ਨੇ ਉਹਨਾਂ ਦਾ ਅਸੀਂ ਨੋਟ ਕਰ ਰਹੇ ਹਾਂ ਸਾਰੇ ਬਾਹਰ ਹੈਲਪ ਡੈਸਕ ਲੱਗੀ ਹੋਈ ਆ ਉਹਦੇ 'ਚ ਉਹਨਾਂ ਸਮੱਸਿਆਵਾਂ ਨੋਟ ਕੀਤੀਆਂ ਗਈਆਂ ਨੇ ਉਹ ਸਮੱਸਿਆਵਾਂ ਉਹਨਾਂ ਦੀਆਂ ਇੱਥੋਂ ਜਦੋਂ ਕੈਂਪ ਖਤਮ ਹੋਣਗੇ ਉਸ ਤੋਂ ਬਾਅਦ ਉਹਨਾਂ ਸਮੱਸਿਆ ਨੂੰ ਦੇਖਿਆ ਜਾਊਗਾ ਅਤੇ ਉਹਨਾਂ ਨੂੰ ਕਾਲ ਕੀਤੀ ਜਾਏਗੀ ਤੁਹਾਡੀ ਸਮੱਸਿਆ ਦਾ ਹੱਲ ਇਸ ਤਰ੍ਹਾਂ ਹੈਗਾ ਵੀ ਆਹ ਫਾਰਮੈਲਿਟੀ ਜੋ ਵੀ ਪੂਰੀ ਕਰਨ ਵਾਲੀ ਹੈਗੀ ਆ ਜਾਂ ਇਹ ਸਮੱਸਿਆ ਤੁਹਾਡੀ ਹੱਲ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਕਾਨੂੰਨ ਦੇ ਦਾਇਰੇ ਵਿੱਚ ਆਉਂਦੀ ਆ ਜਾਂ ਨਹੀਂ ਆਉਂਦੀ ਹੈਗੀ ਉਹਦੇ ਬਾਰੇ ਉਹਨਾਂ ਨੂੰ ਪੂਰੀ ਜਾਣਕਾਰੀ ਦਿੱਤੀ ਜਾਏ ਇਸ ਤਰ੍ਹਾਂ ਦਾ ਕੈਂਪ ਫਿਰ ਦੁਬਾਰਾ ਲੱਗੇਗਾ ਹਾਂਜੀ ਇਸ ਤਰ੍ਹਾਂ ਦਾ ਕੈਂਪ ਦੁਬਾਰਾ ਇਸ ਤਰ੍ਹਾਂ ਕੈਂਪ ਲੱਗੀ ਜਾਣਗੇ ਜੀ ਹਰ ਵਾਰਡ ਦੇ ਵਿੱਚ ਕੈਂਪ ਲੱਗਣਗੇ ਜਿਸ ਤਰ੍ਹਾਂ ਅੱਜ 63 ਤੋਂ 65 ਦੇ ਵਿੱਚ ਲੱਗਿਆ ਵਾ ਉਸ ਤੋਂ ਬਾਅਦ ਅਗਲੇ ਹਫ਼ਤੇ ਅਗਲੇ ਜਿਹੜੇ ਵਾਰਡ ਰਹਿ ਗਏ ਨੇ ਅਗਲੇ ਹਫ਼ਤੇ ਉਹਨਾਂ ਵਿੱਚ ਹਲਕਾ ਬੈਸਟ ਹਰ ਹਲਕੇ ਵਿੱਚ ਕੈਂਪ ਲੱਗਣਗੇ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ।